एक बार फिर तो हिमाचल गए पंजाबियों ते हमला होया है। जानलेवा हमला किया गया है जिस दौरान तीन पंजाबी बुरी तरह जख्मी हुए ने, जिन्हां दे विचों एक दी बांह टुट गई है ते जबकि दूजे दे सिर ते सट लगी है। दस दिए कि हिमाचल दे विच सैर सपाटे लई फिलौर तो ये चार पंजाबी गए सन जिन्हां दे उत्ते हमला किया गया। करीब 15 हमलावर दसे जा रहे ने जिन्हां ने तड़के 3 बजे इन्हां ते हमला बोलिया है। गड्डी पूरी तरह भन दित्ती अते दात ते डांगा दे नाल इन्हां ते वार कीते गए ने। दसिया जा रहा है कि एक कौंसलर दा पति लखविंदर लखू ते उसदे नाल उसदे रिश्तेदार सन जो अपनी गड्डी दे विच सवार होके घूमन दे लई गए सन हिमाचल दे विच ते मणिकरण साहिब तो ये वापस आ रहे सन ते रात विच इन्हां दी गड्डी खराब हो जाती है जिस करके इन्हां नूं रात विच रुकना पैंदा है। जिवें ही वो रुकदे ने ते तड़के 3 वजे ही ये 15 दे करीब हमलावर जिन्हां दे विच औरतां भी शामिल सन हमला कर दिता जाता है। दातां नाल डांगां नाल उन्हां दी कुटमार करनी शुरू कर दिती जाती है। गड्डी पूरी तरह भन दिती जाती है जिस कारण एक व्यक्ति दी 2 हिस्सों तों बांह टुट गई है। एक दे सिर च सट लगी है जबकि दूजे दे मोढे ते दात वजी है। ये तीनों बुरी तरह जख्मी ने। उन्हें दस्सिया है कि खड्ड विच छाल मार के उन्होंने अपनी जान बचाउणी पई है। उत्थे नाल ही किसी ढाबे वाले की मदद नाल पुलिस बुलाई गई जिस तों बाद उन्होंने हस्पताल ले जाया गया, मुढ़ली डॉक्टरी सहायता दिती गई। इत्थे भी इल्जाम लग रहे ने कि इत्थे पुलिस दे वल्लों भी उन्होंने डराया धमकाया गया है, कोई कार्रवाई ना करन लई कहा गया है। लिखी हुई शिकायत ते भी दस्तखत करवा के केस रफा दफा करन दी आखी गई है। पैसे तक वसूले गए ने इन्हां तों ते नाल ही गड्डी च पए 20,000 रुपए भी गायब दस्से जा रहे ने। इत्थे इह दस दईए कि कोई पहला मामला नहीं, इस तों पहला हिमाचल गए एक NRI जोड़े ते भी इसे तरह हमला कीता गया सी, लुट खो हुई सी। तां हुण इह 4 तों 5 पंजाबी सी जो इत्थे सैर सपाटे लई गए सी हिमाचल दे विच ते मणिकरण साहिब तों वापस परते सन। राह दे विच गड्डी खराब हो जांदी है, रुकना पैंदा है, तां उत्थे ही 15 ਦੇ ਕਰੀਬ ਹਮਲਾਵਰ ਆ ਜਾਂਦੇ ਨੇ ਜੋ ਇਹਨਾਂ ਤੇ ਹਮਲਾ ਕਰ ਦਿੰਦੇ ਨੇ। ਤੇਜ਼ ਧਾਰ ਹਥਿਆਰ ਦਾਤ ਫੜੀ ਹੁੰਦੀ ਹੈ, ਡਾਂਗਾ ਫੜੀਆਂ ਤੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਦੇ ਨੇ, ਗੱਡੀ ਦੇ ਸ਼ੀਸ਼ੇ ਭੰਨ ਦਿੰਦੇ ਨੇ। ਇਸ ਕਦਰ ਹਮਲਾ ਕਰਦੇ ਨੇ ਕਿ ਇਹਨਾਂ ਸਾਰਿਆਂ ਨੂੰ ਖੱਡ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਉਣੀ ਪੈਂਦੀ ਹੈ। ਬੜੀ ਮੁਸ਼ਕਲ ਦੇ ਨਾਲ ਇੱਕ ਢਾਬੇ ਵਾਲ ਦੀ ਮਦਦ ਲੈ ਕੇ ਪੁਲਿਸ ਨੂੰ ਬੁਲਾਉਂਦੇ ਨੇ, ਪਰ ਇੱਥੇ ਪੁਲਿਸ ਦੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਪੁਲਿਸ ਦੇ ਵੱਲੋਂ ਵੀ ਕੇਸ ਰਫਾ ਦਫਾ ਕਰਨ ਦੀ ਗੱਲ ਆਖੀ ਗਈ, ਪੈਸੇ ਤੱਕ ਵਸੂਲੇ ਗਏ ਨੇ। ਸੋ ਇੱਥੇ ਡਾਕਟਰ ਦਾ ਵੀ ਕਹਿਣਾ ਹੈ ਕਿ ਇਸ ਤੋਂ ਪਹਿਲੇ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਜੋ ਪੰਜਾਬ ਤੋਂ ਹਿਮਾਚਲ ਦੇ ਵਿੱਚ ਆ ਰਹੇ ਨੇ ਸੈਰ ਸਪਾਟੇ ਲਈ, ਤਾਂ ਉਹਨਾਂ ਤੇ ਹਮਲਾ ਹੋ ਰਿਹਾ। ਇਸ ਤੋਂ ਪਹਿਲੇ ਇੱਕ NRI ਜੋੜੇ ਤੇ ਵੀ ਇਸੇ ਤਰ੍ਹਾਂ ਹਮਲਾ ਕੀਤਾ ਗਿਆ ਸੀ, ਤਾਂ ਹੁਣ ਇੱਥੇ ਇਹ ਪੰਜਾਬੀ ਜੋ ਘੁੰਮਣ ਗਏ ਸਨ ਹਿਮਾਚਲ ਦੇ ਵਿੱਚ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਤੇ ਵੀ ਤੇਜ਼ਧਾਰ ਹਥਿਆਰਾਂ ਦੇ ਨਾਲ ਡਾਂਗਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਹਮਲਾ ਕੀਤਾ ਗਿਆ ਹੈ, ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ। ਗਨੀਮਤ ਰਹੀ ਹੈ ਕਿ ਕਿਸੇ ਦੀ ਜਾਨ ਨਹੀਂ ਗਈ, ਪਰ ਇੱਥੇ ਸੱਟਾਂ ਜ਼ਰੂਰ ਲੱਗੀਆਂ ਨੇ, ਉਹ ਵੀ ਤਾਂ ਕਿ ਉਹਨਾਂ ਨੇ ਖੱਡ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਦਾਤ ਦੇ ਨਾਲ ਵਾਰ ਕੀਤੇ ਗਏ ਨੇ ਜਿਸ ਕਰਕੇ 3 ਲੋਕ ਜਿਹੜੇ ਨੇ 3 ਪੰਜਾਬੀ ਨੇ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਮੇਰਾ ਨਾਮ ਭਾਈ ਲਖਵਿੰਦਰ ਕੁਮਾਰ ਹੈ ਜੀ। ਹਾਂਜੀ, ਅਸੀਂ ਘੁੰਮਣ ਗਏ ਸੀਗੇ ਜੀ ਮਣੀਕਰਨ ਸਾਹਿਬ। ਠੀਕ ਹੈ ਜੀ। ਤੇ ਜਦੋਂ ਇੱਥੋਂ ਗਏ ਆ ਬੜੇ ਵਧੀਆ, ਤੇ ਉੱਥੇ ਖਾਣਾ ਖਾਧਾ ਜਾ ਕੇ ਅਸੀਂ 2:30 ਵੱਜ ਗਏ ਸ਼ਾਮ ਨੂੰ ਤੁਰੇ ਜੀ ਇੱਥੋਂ। ਠੀਕ ਹੈ ਜੀ। 2:30 ਵਜੇ ਜਾ ਕੇ ਅਸੀਂ ਉੱਥੇ ਖਾਣਾ ਖਾਧਾ ਜੀ। ਖਾਣਾ ਖਾਣ ਤੋਂ ਬਾਅਦ ਅਸੀਂ 10-15 ਮਿੰਟ ਬਾਅਦ ਤੁਰ ਪਏ ਜੀ ਉੱਥੋਂ।
ਰੁਪਏ ਕਿਲੋਮੀਟਰ ਗਏ ਆ ਜੀ, ਸਾਡੀ ਗੱਡੀ ਖਰਾਬ ਹੋ ਗਈ। ਠੀਕ ਹੈ, ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਉਹ ਪਤਾ ਨੀ ਕਿੱਥੋਂ ਨਿਕਲੇ ਆ, 3 ਕੁ ਵਜੇ ਜੀ ਬੰਦੇ ਜੰਗਲ ਚੋਂ ਨਿਕਲਦਿਆਂ ਨੇ ਉਹਨੇ ਸਾਡੀ ਗੱਡੀ ਭੰਨਣੀ ਸ਼ੁਰੂ ਕਰਤੀ, ਫਰੰਟ ਸ਼ੀਸ਼ੇ ਤੇ ਮਾਰੀ ਡਾਂਗ, ਮੋੜ ਤੇ ਮਾਰੀ, ਮਗਰੋਂ ਸਾਈਡ ਤੇ ਮਾਰੀ ਡਾਂਗ, ਜਦੋਂ ਰੌਲਾ ਜਿਹਾ ਸੁਣਿਆ ਤੇ ਅਸੀਂ ਫਟਫਟ ਬਾਹਰ ਨਿਕਲੇ ਜੀ। ਠੀਕ ਹੈ, ਉਹ ਬਾਹਰ ਨਿਕਲਦਿਆਂ ਹੀ ਉਹ ਸਾਡੇ ਡੰਡੇ ਮਾਰਨ ਲੱਗ ਪਏ, ਇੱਕ ਦੇ ਉਹਨੇ ਸਿਰ 'ਚ ਦਾਤ ਮਾਰਿਆ ਨਿਕਲਦੇ ਦੇ ਬਾਹਰ, ਠੀਕ ਹੈ, ਤੇ ਮੇਰੇ ਉਹ ਡਾਂਗਾ ਮਾਰਨ ਲੱਗ ਪਏ ਜੀ, ਬਾਂਹ ਤੇ ਮਾਰੀਆਂ, ਮੂੰਹ ਤੇ ਮਾਰੀ, ਲੱਤਾਂ 'ਚ ਮਾਰੀਆਂ ਜੀ, ਗਿਰ ਗਿਆ, ਫਿਰ ਹੈ ਨਾ ਇੱਕ ਦੇ ਦਾਤ ਮਾਰਿਆ, ਜਦੋਂ ਫਿਰ ਅਸੀਂ ਨੱਠੇ, ਠੀਕ ਹੈ, ਮੂਹਰੇ ਖੱਡ ਸੀ, ਅਸੀਂ ਖੱਡ 'ਚ ਹੀ ਛਾਲਾਂ ਮਾਰੀਆਂ ਨੱਠਦਿਆਂ, ਠੀਕ ਹੈ, ਆਪਣੀ ਜਾਨ ਬਚਾਉਣ ਲਈ। ਕਿੰਨੇ ਜਣੇ ਸੀ ਉਹ? ਉਹ ਸੀਗੇ 15 ਤੋਂ 20 ਜਣੇ। ਮਜੇ ਨਾਲ ਸੁੱਤੇ ਪਏ ਸੀ, ਅੱਖੇ ਹੀ ਲੱਗੀ ਸੀਗੀ ਜੀ, ਉਹਦੇ ਪਤਾ ਲੱਗਾ। ਟਾਈਮ ਕਿੰਨੇ ਵਜੇ ਦਾ ਸੀ? 3 ਵਜੇ ਦਾ ਸੀ, ਰਾਤ 3 ਵਜੇ। ਓਕੇ ਓਕੇ, ਕਿੱਥੋਂ ਨਿਕਲੇ ਉਹ? ਖੜ ਚੋਂ ਨਿਕਲੇ? ਖੜ ਚੋਂ ਨਿਕਲੇ, ਜੰਗਲ ਚੋਂ ਜੀ ਉਹ। ਠੀਕ ਹੈ, ਲਿਓ ਫਟਾਫਟ ਚੜੇ ਆ, ਪਹਿਲਾਂ 2 ਜਣੇ ਆਏ ਡੰਡੇ ਮਾਰ। ਤੁਸੀਂ ਆਪਣੀ ਜਾਨ ਕਿੱਦਾਂ ਬਚਾਈ? ਅਸੀਂ ਭੱਜ ਕੇ ਬਚਾਈਏ, ਖੱਡ 'ਚ ਛਾਲ ਮਾਰੀ, ਜਦੋਂ ਦੇਖਿਆ ਵੀ ਪੱਥਰ ਮਾਰਨ ਲੱਗ ਪਿਆ, ਖੱਡ 'ਚ ਵੀ ਪੱਥਰ ਮਾਰਨ ਲੱਗ ਪਿਆ ਜੀ। ਠੀਕ ਹੈ ਜੀ, ਫਿਰ ਅਸੀਂ ਉੱਥੋਂ ਵੀ ਨੱਠੇ, ਨਿਕਲੇ ਫਟਾਫਟ ਸਾਈਡ ਸਾਈਡ ਤੋਂ ਉਹਦੇ ਨਿਕਲ ਗਏ, ਤਾਂ ਫਿਰ ਅਸੀਂ ਇੱਕ ਭੱਜ ਗਏ ਨਾ, ਕਿੱਡੀ ਦੂਰ ਢਾਬਾ ਸੀਗਾ। ਠੀਕ ਹੈ, ਫਿਰ ਅਸੀਂ ਢਾਬੇ 'ਤੇ ਗਏ ਜੀ, ਫਿਰ ਉਹ ਢਾਬੇ ਵਾਲੇ ਨੇ ਸਾਨੂੰ ਹਲਦੀ ਪਾ ਕੇ ਦੁੱਧ ਬਣਾਇਆ, ਅਤੇ ਉਹਨੇ ਪੁਲਿਸ ਸੱਦੀ। ਠੀਕ ਹੈ ਜੀ, ਪੁਲਿਸ ਸੱਦੀ, ਫਿਰ ਪੁਲਿਸ ਉਹਨੇ ਐਂਬੂਲੈਂਸ ਵੀ ਸੱਦੀ ਜੀ, ਮੁੰਡੇ ਢਾਬੇ ਵਾਲੇ ਨੇ। ਠੀਕ ਹੈ, ਉਹ ਐਂਬੂਲੈਂਸ ਵਾਲੇ ਸਾਨੂੰ ਹਸਪੀਟਲ ਲੈ ਗਏ, ਜਾਨੂੰ ਪੁਲਿਸ ਵਾਲੇ ਕਹਿੰਦੇ ਤੁਸੀਂ ਇਲਾਜ ਕਰਾਓ, ਕੋਈ ਦੇਖਦੇ ਹਾਂ। ਠੀਕ ਹੈ, ਕੋਈ ਏਡੇ ਸਾਡੀ ਸੁਣਵਾਈ ਨਹੀਂ ਉੱਥੇ ਕੋਈ। ਅੱਛਾ ਅੱਛਾ, ਹਸਪੀਟਲ ਲਗਾਇਆ ਤੁਹਾਨੂੰ? ਲਗਾਇਆ ਜੀ, ਨਾ ਉਹਨੇ ਵੀ ਕੋਈ ਇਲਾਜ ਨਹੀਂ ਕੀਤਾ ਜੀ। ਜਿਹੜੇ ਨਾਲ ਤੁਹਾਡੇ ਮੁੰਡੇ, ਕਿੰਨੇ ਜਣੇ ਸੀਗੇ? ਅਸੀਂ ਸੀਗੇ 4-5 ਜਣੇ, 2 ਜਣੇ ਤਾਂ ਭੱਜ ਗਏ। ਜਦੋਂ ਕਿੱਥੇ ਕਿੱਥੇ ਰਹਿਣ ਤੁਹਾਡੇ ਪਿੰਡ ਦੇ ਹੀ ਨਾਲ ਹੀ? ਜਲੰਧਰ ਦੇ ਸੀਗੇ। ਜਲੰਧਰ ਦੇ ਰਹਿਣ ਵਾਲੇ ਆ, ਉਹਨਾਂ ਦੇ ਵੀ ਲੱਗੀਆਂ ਸੱਟਾਂ? ਉਹਨਾਂ ਦੇ ਵੀ ਲੱਗੀਆਂ। ਜਿਹੜੇ ਮੁੰਡੇ ਨੌਜਵਾਨ ਘੁੰਮਣ ਜਾਂਦੇ ਆ ਹਿਮਾਚਲ ਦੇ ਵਿੱਚ, ਉਹਨਾਂ ਨੂੰ ਕੀ ਮੈਸੇਜ ਆ? ਉਹਨਾਂ ਨੂੰ ਇਹੀ ਮੈਸੇਜ ਆ ਵੀ ਭਾਜੀ ਵੀ ਆਪਣਾ ਬਚ ਬਚਾ ਕੇ ਜਾਓ, ਇੱਕ ਵਾਰੀ ਇਹਨਾਂ ਨੂੰ ਅਕਲ ਆਉਣੀ ਚਾਹੀਦੀ ਵੀ ਥੋੜ੍ਹਾ ਪਰਹੇਜ਼ ਕਰੋ ਇਸ ਕੰਮ ਤੋਂ। ਓਕੇ ਓਕੇ, ਇਹ ਸਭ ਦੇਖਦੇ ਵੀ ਨਹੀਂ, ਹੁਣ ਤਾਂ ਬਾਹਲਾ ਇਹਨੇ ਕੰਮ ਫੜ ਲਿਆ। ਤੁਸੀਂ ਅਹੁਦੇ 'ਤੇ ਵੀ, ਤੁਹਾਡੀ ਵਾਈਫ ਅਹੁਦੇ 'ਤੇ? ਹਾਂਜੀ, ਕੌਂਸਲਰ ਹੈ।